Sok Dok. Te diría que a mi despiade. Dok Sok Teram. Panay. Guru de Charna de Nalyol. ਮੈਂ ਗੁਰੂ ਦਾ ਨਾਮ ਜਪ ਜੇ ਸੁਖ ਲੈਣਾ ਹੈ ਸੁਖ ਮਿਲਦਾ ਹੈ ਗੁਰੂ ਕੋਲੋਂ ਦੁੱਖ ਮਿਲਦੇ ਆ ਸੰਸਾਰ ਕੋਲੋਂ ਸੰਸਾਰ ਦੁੱਖਾਂ ਦੀ ਖਾਣੀ ਸੁੱਖਾਂ ਦਾ ਖਜ਼ਾਨਾ ਸੁੱਖ ਗੁਰੂ ਕੋਲੋਂ ਮਿਲਦੇ ਆ ਗੁਰੂ ਨੂੰ ਜਪਣ ਨਾਲ ਮਿਲਦੇ ਗੁਰੂ ਦਾ ਬਣ ਕੇ ਬਣੇ ਤਾਂ ਹੀ ਸੁੱਖ ਮਿਲਦੇ ਆ ਗੁਰੂ ਕਾ ਬਣ ਜਾਵੇ गुरु 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 ए मेरे अमना तू गुरु गुरु जपया कर गुरु बिना कुछ नहीं गुरु नु जपन नाल तेरे दुख कटे जाएंगे अगन कटे हर तेरे गुरु दा नाम जप ਗੱਲ ਸੁਣਾਈ ਮਾਂ ਪੁਰਸ਼ਾਂ ਦੀ ਗੁਰੂ ਪਿੰਡ ਦਾ ਨਾਂ ਗਿੱਲ ਵਾਲੀ ਹੈ ਗਿੱਲ ਵਾਲੀ ਮਾਂ ਪੁਰਸ਼ਾਂ ਨੇ ਨਾਮ ਰੱਖਦਾ ਉਸਦਾ ਗੁਰੂ ਵਾਲੀ ਉੱਥੋਂ ਦੇ ਮਹਾਂਪੁਰਖ ਬੜੇ ਭਗਤ ਸੀ ਬਾਬਾ ਜੀ ਤੇ ਬੜੀ ਸ਼ਰਧਾ ਸੀ ਉਹਨਾਂ ਨੇ ਤੱਕ ਲਿਆ ਸੀ ਕਿ ਬਾਬਾ ਈਸ਼ਰ ਸਿੰਘ ਜੀ ਆਪ ਰੱਬ ਨੇ ਆਪ ਨਿਰੰਕਾਰ ਨੇ ਬੜੇ ਵਿਘਨ ਆਉਂਦੇ ਨੇ ਪਰ ਮਹਾਂਪੁਰਸ਼ ਅੱਗੇ ਹੋ ਗਏ ਨੇ ਜਿਨ੍ਹਾਂ ਦੇ ਬਣੇ ਹੋਈਏ ਫਿਰ ਉਹ ਅੱਗੇ ਹੋ ਕੇ ਰੱਖਿਆ ਕਰਦੇ ਅਣਕ ਬਿਗਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਸਦਾ ਹੀ ਮਹਾਂਪੁਰਖ ਜੀਵਾਂ ਦੇ ਦੁੱਖ ਦਲਿੱਦਰ ਕੱਟਦੇ ਉਹ ਬੜਾ ਨਾਮ ਜਪਦੇ ਨੇ ਬੜਾ ਭਰੋਸਾ ਹੈ ਗੁਰੂ ਤੇ ਨਾਨਕ ਪੁੱਛੋ ਸਾਹਿਬ ਆਏ ਇੱਕ ਕੀਰਤਨ ਕਰਨ ਵਾਲੇ ਰਾਗੀ ਕੀਰਤਨ ਕਰ ਰਹੇ ਨੇ ਸੰਗਤ ਰੋਲਾ ਬਹੁਤ ਪਾ ਰਹੀ ਰੋਲਾ ਬੰਦ ਨਹੀਂ ਹੋ ਰਿਹਾ ਰਾਗੀ ਸਿੰਘ ਵਾਰ ਵਾਰ ਹੱਥ ਜੋੜ ਰਹੇ ਨੇ ਸਾਧ ਸੰਗਤ ਜੀ ਰੋਲਾ ਨਾ ਪਾਓ ਰੋਲਾ ਨਾ ਪਾਓ ਇਹ ਸੰਤ ਬੈਠੇ ਵਿੱਚ ਇਹ ਕਹਿੰਦੇ ਰਾਗੀ ਸਿੰਘ ਨੂੰ ਪਤਾ ਨਹੀਂ ਵੀ ਰੋਲਾ ਕਿਵੇਂ ਬੰਦ ਹੋਏਗਾ ਇਵੇਂ ਨਹੀਂ ਬੰਦ ਹੋਣਾ ਕਿਹਾ ਤੂੰ ਉਹਨਾਂ ਨੇ ਆਪਣੇ ਕੀਰਤਨੀਆਂ ਨੂੰ ਭੇਜਿਆ ਵੀ ਤੁਸੀਂ ਕੀਰਤਨ ਕਰੋ ਧਿਆਨ ਗੁਰੂ ਸਾਹਿਬ ਦਾ ਲਿਆ ਜੀ ਚਰਨਾਂ 'ਚ ਅਰਦਾਸ ਗੁਰੂ ਅੱਗੇ ਕਰਿਓ ਕਿ ਸਾਰਾ ਰੋਲਾ ਸਤਿਗੁਰੂ ਜੀ ਚੁੱਪ ਕਰਾ ਸਾਰਿਆਂ ਦੇ ਮਨਾਂ 'ਚ ਵਸ ਉਹਨਾਂ ਕਿਹਾ ਵੀ ਕਹਿਣ ਨਾਲ ਰੋਲੇ ਨਹੀਂ ਬੰਦ ਹੁੰਦੇ ਰੋਲੇ
ਬੰਦ ਦੱਸਦੇ ਤੁਹਾਨੂੰ ਕਿਵੇਂ ਹੁੰਦੀ ਹੁਣ ਅੱਗੇ ਸੰਤਾਂ ਦੇ ਜਥੇ ਨੇ ਕੀਰਤਨ ਕੀਤਾ ਚਿੱਤ ਇਕਾਗਰ ਕਰਕੇ ਕਿਸੇ ਨੂੰ ਕਿਹਾ ਨਹੀਂ ਰੋਲਾ ਬੰਦ ਕਰੋ ਰੋਲਾ ਬੰਦ ਹੋ ਗਿਆ ਕਿਉਂਕਿ ਗੁਰੂ ਕੀ ਸ਼ਕਤੀ ਸਾਰਿਆਂ ਦੇ ਮਨਾਂ ਚ ਵੱਸ ਗਈ ਮਹਾਂਪੁਰਸ਼ ਕਹਿੰਦੇ ਫਿਰ ਰਾਗੀ ਸਿੰਘ ਨੂੰ ਬੁਲਾ ਕੇ ਵੀ ਤੂੰ ਕਹਿ ਰਿਹਾ ਸੀ ਰੋਲਾ ਬੰਦ ਕਰੋ ਰੋਲਾ ਬੰਦ ਕਰੋ ਇਹ ਤੈਨੂੰ ਪਤਾ ਨਹੀਂ ਰੋਲਾ ਬੰਦ ਹੁੰਦਾ ਕਿਵੇਂ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਚਰਨਾਂ ਨਾਲ ਜੁੜ ਕੇ ਵਾਹਿਗੁਰੂ ਨੂੰ ਜਪ ਕੇ ਮਨ ਗੁਰੂ ਵਾਲੇ ਪਾਸੇ ਜੋੜ ਦੁਨੀਆਂ ਚ ਨਾ ਭੜਕੋ ਮਿਲਦਾ ਕਿੱਥੋਂ ਗੁਰੂ ਕੋਲ ਮਿਲਦਾ ਰੋਜ਼ ਅੰਮ੍ਰਿਤ ਵੇਲੇ ਉੱਠ ਸਿੱਖਾਂ ਦੇ ਘਰ ਦਾ ਸਾਡਾ ਜਨਮ ਹੈ ਤੇ ਸਿੱਖੀ ਨੂੰ ਧਾਰਨ ਕਰੋ ਜਪਣ ਨਾਲ ਸਿਮਰਨ ਕਰਨ ਨਾਲ ਅੰਮ੍ਰਿਤ ਵੇਲੇ ਉੱਠਣ ਨਾਲ ਸਰੀਰ ਦੇ ਦੁੱਖ ਜਾਂਦੇ ਆ ਸੰਸਾਰ ਦੇ ਕਾਰੋਬਾਰ ਦੇ ਦੁੱਖ ਦੂਰ ਹੁੰਦੇ ਆ ਸੇਵਾ ਕਰਨ ਨਾਲ ਦਸਵੰਦ ਕੱਢਣ ਨਾਲ ਨਾਮ ਜਪਣ ਨਾਲ ਕਾਰਜ ਰਾਸ ਹੁੰਦੇ ਦੌੜਾਂ ਜਿੰਨੀਆਂ ਮਰਜ਼ੀ ਲਾ ਲਓ ਜੇ ਮਿਹਰਬਾਨ ਮਿਹਰ ਕਰੇਗਾ ਤੇ ਕੰਮ ਰਾਸ ਹੋ ਜਾਣੀ ਮਿਹਰ ਕਰੇ ਜੇ ਮਿਹਰਬਾਨ ਤਾਂ ਕਾਰਜ ਆਵੇ ਰਾਸ ਫਿਰ ਤੇਰੇ ਕੰਮ ਰਾਸ ਹੋ ਜਾਣਗੇ ਗੁਰੂ ਅੱਗੇ ਅਰਦਾਸ ਕਰਕੇ ਗੁਰੂ ਦਾ ਨਾਮ ਲੈ ਕੇ ਕਾਰੋਬਾਰ ਕਰ ਅਖੰਡ ਪਾਠ ਸਧਾਰਨ ਸਹਿਜ ਪਾਠ ਕਰਾਓ ਗੁਰੂ ਸਾਹਿਬ ਦੁੱਖ ਦੂਰ ਕਰਨਗੇ